ਮਾਲ ਰੋਡ ਤੇ ਕੰਪਨੀ ਬਾਗ ਦੇ ਨੇੜੇ ਮੀਂਹ ਕਾਰਨ ਹੋਇਆ ਵੱਡਾ ਹਾਦਸਾ, ਜ਼ਮੀਨ ਚ ਧਸੀ ਸੜਕ। ਪੋਸ਼ ਇਲਾਕੇ ਚ ਮੀਂਹ ਨੇ ਵਰਤਾਇਆ ਕਹਿਰ, ਆਵਾਜਾਈ ਤੇ ਬਿਜਲੀ ਕੇਬਲ ਸਪਲਾਈ ਠੱਪ, ਕੋਈ ਜਾਨੀ ਨੁਕਸਾਨ ਨਹੀਂ। ਅੰਮ੍ਰਿਤਸਰ ਪ੍ਰਸ਼ਾਸਨ ਮੌਕੇ ਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਵੀ ਲਿਆ ਜਾਇਜ਼ਾ। ਅੰਮ੍ਰਿਤਸਰ ਤੋਂ ਜਿੰਨੀ ਗੋਇਲ ਦੀ ਰਿਪੋਰਟ।